ਪੈਸਾ ਬੰਦਾ ਕਿੰਨਾ ਮਰਜ਼ੀ ਲਾ ਦੇ ਬਾਈ ਘਰ ਤੇ, ਸਭ ਤੋਂ ਜ਼ਰੂਰੀ ਚੀਜ਼ ਆ ਜਿੰਨਾ ਚਿਰ ਬੰਦੇ ਦੀ ਸੇਫਟੀ ਨਹੀਂ ਹੈਗੀ ਨਾ। ਬਾਈ ਜੀ ਇਹ ਮਗਰ ਕੀ ਲੱਗਿਆ ਹੋਇਆ ਸੀ? ਇਹ ਬਾਈ ਯੂਵੀ ਸੀਟ ਆ ਆਪਣੀ, ਬਾਕੀ ਆਪਣਾ ਜੇ ਹੁਣ ਬਣਾਉਂਦੇ ਤਿੰਨ ਬਾਥਰੂਮ ਬਣਦੇ ਇੱਥੇ, ਠੀਕ ਹੈ, ਹੁਣ ਦੋ ਬਾਥਰੂਮ ਨਾਲ ਆਪਣਾ ਨੀਚੇ ਸਰ ਗਿਆ ਵਧੀਆ, ਇੱਕੋ ਹੀ ਆਪਾਂ ਉੱਪਰ ਬਚਿਆ। ਬਾਈ ਮਕਾਨ ਖੜਾ ਕਰਨਾ ਤਾਂ ਬਹੁਤ ਸੌਖਾ ਹੈ, 15-20 ਲੱਖ 'ਚ ਖੜਾ ਹੋ ਜਾਂਦਾ ਹੈ। ਕਹਿਣ ਦਾ ਭਾਵ ਵੀ ਜੇ ਕੋਈ ਕਿਚਨ ਦਾ ਸਮਾਨ ਹੈ ਜਾਂ ਲੱਕੜ ਦਾ ਸਮਾਨ ਹੈ ਜਾਂ ਕੋਈ ਪੱਥਰ ਵਗੈਰਾ, ਇਹੀ ਮਹਿੰਗਾ ਪਤਾ ਕਰਕੇ ਲੈਣੀ ਚਾਹੀਦੀ ਹੈ ਕੋਈ ਚੀਜ਼ ਵੀ, ਆਪਾਂ ਸਿੱਧਾ ਨਹੀਂ ਕਹਿ ਦੇਣੀ ਫੋਟੋ ਦਿਖਾ ਕੇ ਵੀ ਆਹ ਦੇ ਦਿਓ ਬਾਈ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਅਕਸਰ ਹੀ ਆਪਾਂ ਨਵੀਆਂ ਘੈਂਟ ਘੈਂਟ ਹਵੇਲੀਆਂ ਤੁਹਾਡੇ ਲਈ ਲੈ ਕੇ ਆਉਣੀਆਂ, ਅਤੇ ਅੱਜ ਜਿਹੜੇ ਘਰ ਦੇ ਵਿੱਚ ਪਹੁੰਚੇ ਹਾਂ ਇਹ ਕੋਈ ਕਿਤੇ ਦੂਰ ਸਾਨੂੰ ਲੱਭਣ ਦੀ ਲੋੜ ਨਹੀਂ ਪਈ, ਕਿਉਂਕਿ ਇਹ ਸਾਡੇ ਮਾਮੇ ਦਾ ਘਰ ਆ ਅਤੇ ਮਾਮਾ ਜੀ ਦਾ ਬੇਟਾ ਅੰਮ੍ਰਿਤ ਸਾਡੇ ਨਾਲ ਆ, ਅਤੇ ਇਹਨਾਂ ਤੋਂ ਜਾਣਾਂਗੇ ਬਹੁਤ ਸੋਹਣੀ ਸ਼ਾਨਦਾਰ ਜਿਹੜੀ ਹਵੇਲੀ ਬਣਾਈ ਉਹ 'ਤੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਅਤੇ ਅੰਮ੍ਰਿਤ ਸਭ ਤੋਂ ਪਹਿਲਾਂ ਤਾਂ ਨਾ ਪਿੰਡ ਦਾ ਨਾਮ ਦੱਸ ਦਈਏ ਆਪਾਂ। ਆਪਣਾ ਪਿੰਡ ਬਾਈ ਬਣਾਵਾਲੀ, ਜ਼ਿਲ੍ਹਾ ਮਾਨਸਾ, ਤਲਵੰਡੀ ਸਾਹਿਬ ਰੋਡ 'ਤੇ ਆਪਣਾ ਮਕਾਨ ਰਹਿ ਜਾਂਦਾ ਜੀ, ਬਿਲਕੁਲ ਥਰਮਲ ਦੇ ਸਾਹਮਣੇ ਮਕਾਨ ਰਹਿ ਜਾਂਦਾ, ਜੇ ਸੜਕ ਤੋਂ ਟੱਪੋਗੇ ਬਾਈ ਤੁਸੀਂ ਦੇਖ ਸਕਦੇ ਹੋ। ਅੰਮ੍ਰਿਤ ਕਿੰਨੇ ਸਕੁਅਰ ਫੁੱਟ ਏਰੀਏ ਦੇ ਵਿੱਚ ਆ? ਇਹ ਬਾਈ ਆਪਣਾ 6700 ਸਕੁਅਰ ਫੁੱਟ 'ਚ ਹੈ। ਠੀਕ ਹੈ ਜੀ। ਜਿਹੜਾ ਆਪਣਾ ਸਾਰਾ ਬਾਗਲ ਆ ਗਿਆ, ਪਲਾਟ ਆ ਗਿਆ ਜੀ, ਹਾਂ ਇਹ 5800 ਸਕੁਅਰ ਫੁੱਟ, 5800 ਸਕੁਅਰ ਫੁੱਟ, ਠੀਕ ਹੈ ਜੀ। ਅਤੇ ਇਹਦਾ ਬਾਈ ਡਿਜ਼ਾਇਨ ਮੈਂ ਦੇਖ ਰਿਹਾ ਨਾ, ਬਹੁਤ ਯੂਨੀਕ ਜਿਹਾ ਬਣਾਇਆ ਤੁਸੀਂ। ਹਾਂਜੀ। ਅਤੇ ਇੱਕ ਲੁੱਕ ਇਹ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜਦੋਂ ਮੈਂ ਨਾ ਸੜਕ ਤੋਂ ਆਪਾਂ ਦੇਖਦੇ ਹਾਂ, ਚਲੋ ਆਪਣਾ ਤਾਂ ਘਰੇ ਆਉਣਾ ਜਾਣਾ ਪਰ ਹੋਰ ਲੋਕ ਵੀ ਲੰਘਦੇ ਆ, ਇੱਕ ਵਾਰ ਤਾਂ ਹੁਣ ਜ਼ਰੂਰ ਐਂ ਮੋੜਦਾ ਹੋਊਗਾ। ਹਾਂਜੀ। ਇਹਦਾ ਡਿਜ਼ਾਇਨ ਦਾ ਕਿੱਥੋਂ ਬਾਈ ਲਿੱਤਾ? ਇਹ ਬਾਈ ਆਪਣੇ ਫਰੈਂਡ ਦੀ ਬਣੀ ਹੋਈ ਹੈ ਪਹਿਲਾਂ। ਠੀਕ ਹੈ। ਉਹ ਬਾਅਦ 'ਚ ਆਪਾਂ ਮੋਡੀਫਾਈ ਕਰਾਈ। ਠੀਕ ਹੈ। ਨਕਸ਼ਾ ਲਿਆ ਕੇ ਉਹ ਤੋਂ, ਠੀਕ ਹੈ, ਪਹਿਲਾਂ ਬਹੁਤ ਟਾਈਮ ਪਹਿਲਾਂ ਦੀ ਬਣੀ ਹੋਈ ਸੀ। ਅੱਛਾ। ਉਹ ਆਪਾਂ ਨੂੰ ਵਧੀਆ ਲੱਗੀ, ਉਹਦੇ ਕੋਲੇ ਜਾਂਦੇ ਹੁੰਦੇ ਸੀ ਡੇਲੀ ਜੀ, ਉੱਥੋਂ ਆਪਾਂ ਮੋਡੀਫਾਈ ਕਰਾ ਲਈ ਸੀ। ਮਤਲਬ ਉਹ ਤਾਂ ਤਰੀਕੇ ਨਾਲ ਜੋ ਜੋ ਚੀਜ਼ਾਂ ਆਪਾਂ ਨੂੰ ਲੋਟ ਲੱਗੀਆਂ ਜਿਵੇਂ ਆਪਾਂ ਨੂੰ ਜਿਹੜੀ ਜਿਹੜੀ ਆਪਣੀ ਬੇਸਿਕ ਨੀਡ ਸੀ ਉਹ ਆਪਾਂ ਪੂਰੀ ਕਰ ਲਈ, ਉਹਦੇ ਹਿਸਾਬ ਨਾਲ ਆਪਾਂ ਕਰ ਲਿਆ। ਮਤਲਬ ਕੁੱਲ ਮਿਲਾ ਕੇ ਕਹਿ ਦਈਏ ਵੀ ਚਲੋ ਡਿਜ਼ਾਇਨ ਤੋਂ ਡਿਜ਼ਾਇਨ ਕਾਪੀ ਕੀਤਾ ਪਰ ਉਦੋਂ ਬਾਅਦ ਮੇਨ ਤੁਸੀਂ ਮਿਹਨਤ ਕੀਤੀ ਹੈ। ਹਾਂ ਬਈ ਹਾਂ। ਠੀਕ ਹੈ ਜੀ। ਤੇ ਆ ਜਾਓ ਫਿਰ ਆਪਾਂ ਗੱਲਬਾਤ ਕਰਦੇ ਹਾਂ। ਤੇ ਬਈ ਪੇਂਟ ਕਿਹੜੇ ਕੰਪਨੀ ਦਾ ਕਰਾਇਆ ਹੋਇਆ ਆਪਾਂ? ਇਹ ਬਈ ਆਪਣਾ ਏਸ਼ੀਅਨ ਪੇਂਟ ਹੈ। ਏਸ਼ੀਅਨ ਪੇਂਟ ਹੈ। ਹਾਂਜੀ। ਤੇ ਬਹੁਤ ਸੋਹਣੀ ਸਿਲੈਕਸ਼ਨ ਹੈ ਕਲਰ ਦੀ ਵੀ। ਤੇ ਲੱਕੜ ਕਿਹੜੀ ਵਰਤੀ ਆਪਾਂ? ਲੱਕੜ ਬਾਈ ਆਪਣੀ ਜੰਮੂ ਕੈਲ ਆ ਗਈ। ਜੰਮੂ ਕੈਲ? ਹਾਂਜੀ। ਕਿੱਥੋਂ ਬਾਈ ਕੀਤੀ ਬਈ ਇਹ? ਇਹ ਮਾਨਸਾ ਤੋਂ ਕੀਤੀ ਸੀ। ਮਾਨਸਾ ਤੋਂ? ਹਾਂਜੀ। ਠੀਕ ਹੈ ਜੀ। ਤੇ ਆ ਜਾਓ ਦੋਸਤੋ, ਤੁਹਾਨੂੰ ਦਿਖਾਉਣੇ ਆ ਜਿੰਨੀ ਬਾਹਰੋਂ ਕਹਿੰਦੇ ਹੁੰਦੇ ਲੁੱਕ ਆਉਂਦੀ ਆ ਉਸ ਤੋਂ ਕਿਤੇ ਜ਼ਿਆਦਾ ਇੰਟੀਰੀਅਰ ਦਾ ਸੋਹਣਾ ਕੰਮ ਹੋਇਆ ਹੋਇਆ। ਅਤੇ ਹਜੇ ਅੰਮ੍ਰਿਤ ਰਿਹਾਇਸ਼ ਕਿੰਨਾ ਟਾਈਮ ਹੋ ਗਿਆ ਇੱਥੇ ਕੀਤੀ ਨੂੰ? ਆਪਾਂ ਨੂੰ ਬਈ ਇੱਥੇ 1.5 ਮਹੀਨਾ ਹੋਇਆ ਹੋਇਆ। 1.5 ਮਹੀਨਾ ਹੋਇਆ? ਹਜੇ ਥੋੜ੍ਹਾ ਜਿਹਾ ਕੰਮ ਰਹਿੰਦਾ ਵੀ ਹੈ ਕਿਤੇ ਕਿਤੇ, ਇਨਕੰਪਲੀਟ ਹੈ ਪਰ ਉਹ ਚੱਲ ਰਿਹਾ ਨਾਲ ਨਾਲ ਕੰਮ ਚੱਲਦੀ ਹੈ। ਅਤੇ ਅੰਮ੍ਰਿਤ ਗੱਲ ਕਰੀਏ ਗਰਾਊਂਡ ਫਲੋਰ 'ਤੇ ਕੀ ਕੀ ਪਲਾਨ ਆ ਜਾਂਦਾ ਗਾ? ਗਰਾਊਂਡ ਫਲੋਰ 'ਤੇ ਬਈ 2 ਰੂਮ ਆ ਗਏ ਜੀ, ਅਤੇ ਕਿਚਨ ਆ ਗਿਆ ਜੀ, ਡਰਾਇੰਗ ਰੂਮ ਆ ਗਿਆ, 2 ਰੂਮਾਂ ਦੇ ਵਿਚਾਲੇ ਇੱਕ ਅਟੈਚਡ ਵਾਸ਼ਰੂਮ ਆ ਗਿਆ, ਇੱਕ ਡਰਾਇੰਗ ਰੂਮ ਨਾਲ ਅਟੈਚ ਵਾਸ਼ਰੂਮ ਆ ਗਿਆ ਜੀ। ਠੀਕ ਹੈ ਜੀ। ਹਾਂਜੀ। ਲੋਬੀ ਆ ਗਈ? ਲੋਬੀ ਆ ਗਈ। ਅਤੇ ਸਭ ਤੋਂ ਪਹਿਲਾਂ ਡਰਾਇੰਗ ਰੂਮ ਦਿਖਾ ਦਈਏ ਬਾਈ। ਅਤੇ ਬਹੁਤ ਸੋਹਣਾ, ਅਸਲ ਕਲਰ ਦੀ ਮੈਚਿੰਗ ਬਹੁਤ, ਕਲਰ ਵੀ ਬਾਈ ਮਤਲਬ ਆਪਦੀ ਸਿਲੈਕਸ਼ਨ ਸੀ ਜਾਂ ਪਹਿਲਾਂ ਕਿਤੋਂ ਦੇਖਿਆ ਸੀ ਬਾਈ? ਨਹੀਂ ਬਾਈ, ਆਪਦੀ ਸਿਲੈਕਸ਼ਨ ਸੀ। ਠੀਕ ਹੈ ਜੀ। ਹਾਂਜੀ। ਅਤੇ ਆਹ ਤੁਸੀਂ ਦੇਖ ਸਕਦੇ ਹੋ ਜੀ ਡਰਾਇੰਗ ਰੂਮ ਦੇ ਵਿੱਚ, ਅਤੇ ਇੱਕ ਤਾਂ ਸਭ ਤੋਂ ਵੱਡਾ ਜਿਹੜਾ ਮੇਨ ਧਿਆਨ ਰੱਖਿਆ ਵੀ ਰੌਸ਼ਨੀ ਦਾ, ਅਤੇ ਦੂਜਾ ਇੱਥੇ ਬੈਠੇ ਆਪਾਂ ਆਪਣਾ ਗੇਟ ਦੇਖ ਸਕਦੇ, ਸੜਕ ਤੱਕ ਨਿਕਲ ਜਾਂਦੀ ਆ, ਇਹ ਚੀਜ਼ਾਂ ਦਾ ਕਾਫੀ ਮਤਲਬ ਜਿਹੜਾ ਧਿਆਨ ਨਾਲ ਕੀਤਾ ਹੋਇਆ ਕੰਮ ਹੈਗਾ ਬਾਈ। ਡਰਾਇੰਗ ਰੂਮ ਤੁਸੀਂ ਬਹੁਤ ਵਧੀਆ ਬਣਾਇਆ। ਹਾਂਜੀ। ਅਤੇ ਇੱਕ ਇਹਦੇ ਪਿੱਛੇ ਦਾ ਵੀ ਬਾਈ ਕਨਸੈਪਟ ਦੇਖਿਆ ਨਾ ਵੀ ਤੁਸੀਂ ਬਹੁਤ ਸਾਈਡ 'ਤੇ ਰੱਖਿਆ। ਹਾਂਜੀ ਬਾਈ। ਜ਼ਿਆਦਾਤਰ ਡਰਾਇੰਗ ਰੂਮ ਆਪਾਂ ਦੇਖਦੇ ਨਾ ਵੀ ਆਪਣਾ ਓਪਨ ਜਾਂ ਸਾਰਾ ਲੌਬੀ ਸ਼ੋਅ ਹੁੰਦੀ ਆ ਉੱਥੇ। ਹਾਂਜੀ ਹਾਂਜੀ। ਇਹ ਬਾਈ ਕਈ ਵਾਰ ਜਦੋਂ ਆਪਣੇ ਕੋਈ ਯਾਰ ਮਿੱਤਰ ਜਾਂ ਦੋਸਤ ਆਉਂਦੇ ਆ ਉਹ ਗੁਲਾਬ ਦਾ ਇੱਧਰ ਆ ਜੇ, ਠੀਕ ਹੈ, ਆਪਣੀ ਫੈਮਿਲੀ ਕਿਚਨ ਸਾਈਡ 'ਤੇ ਰਹਿ ਗਈ, ਫੈਮਿਲੀ ਆਪਣੀ ਇੱਧਰ ਬੈਠੀ ਰਹਿੰਦੀ, ਇੰਟਰਫੇਰੈਂਸ ਜਾਂ ਨਹੀਂ ਹੁੰਦਾ। ਹਾਂ ਮਤਲਬ ਵੀ ਬਾਹਰੋਂ ਬੰਦਾ ਆਉਂਦਾ ਕੋਈ ਵੀ ਆਉਂਦਾ ਆਪਾਂ ਨਹੀਂ ਕਰੇ ਤਾਂ ਆਰਾਮ ਨਾਲ ਇੱਧਰ ਬੈਠ ਸਕਦਾ ਹੈ ਨਾ ਬਾਈ। ਇਹ ਵੀ ਤੁਸੀਂ ਮਤਲਬ ਇਹਨੂੰ ਪਾਰਟੀਸ਼ਨ ਜਿਹਾ ਕਰਤਾ, ਇਹ ਵਧੀਆ ਕੀਤਾ ਸਟੈਪ ਹੈ ਨਾ। ਹਾਂਜੀ ਹਾਂਜੀ। ਉਹ ਜ਼ਿਆਦਾਤਰ ਮੈਂ ਦੇਖਦਾ ਨਾ ਜਦੋਂ ਜਿਹੜੀ ਲੌਬੀ ਅਤੇ ਡਰਾਇੰਗ ਰੂਮ
ਉਹਨੂੰ ਇਹੋ ਜਿਹੇ ਤਰੀਕੇ ਨਾਲ ਮਿਕਸ ਕਰਿਆ ਜਾਂਦਾ ਵੀ ਇੱਧਰ ਰੂਮ ਵੀ ਦਿੰਦੇ ਨੇ, ਕਿਚਨ ਵੀ ਦਿੰਦੀ ਆ, ਤਾਂ ਜੇ ਆਪਾਂ ਨੂੰ ਆਪ ਨੂੰ ਵੀ ਕੋਈ ਕਦੇ ਕੰਮ ਕਰਨਾ ਵਿੱਚ ਤਾਂ ਵੀ ਸੰਗ ਜੀ ਲੱਗੀ ਜਾਂਦੀ ਆ। ਹਾਂਜੀ ਹਾਂਜੀ ਬਈ। ਤੇ ਪਰ ਇਹ ਇੱਕ ਵਧੀਆ ਕੀਤਾ, ਇੱਧਰ ਬਈ ਡਾਈਨਿੰਗ ਦਾ ਆ ਗਿਆ ਹਨਾ, ਡਾਈਨਿੰਗ ਦਾ ਆ ਗਿਆ ਬਈ। ਠੀਕ ਹੈ ਜੀ। ਹਾਂਜੀ ਤੇ ਇਹ ਵੀ ਨਾਲੇ ਤਾਂ ਇੱਕ ਤਰ੍ਹਾਂ ਦਾ ਜੇ ਲਾਈਏ ਕਦੇ ਕੱਲ ਨੂੰ ਲੋੜ ਹੈ ਇੱਥੋਂ ਆਪਾਂ ਪਾਰਟੀਸ਼ਨ ਨੂੰ ਬੰਦ ਕਰਨਾ ਹੈ ਇੱਧਰ ਹੋ ਜਾਊਗਾ। ਹਾਂ ਇੱਕ ਤਰ੍ਹਾਂ ਡਾਈਨਿੰਗ ਵਾਲਾ ਅਲੱਗ ਹੀ ਰਹਿ ਜਾਊਗਾ। ਹਾਂਜੀ ਹਾਂਜੀ ਠੀਕ ਹੈ ਜੀ। ਤੇ ਬਈ ਜੀ ਇੱਧਰ ਵਾਸ਼ਰੂਮ ਅਟੈਚ ਆ ਗਿਆ, ਇਹ ਵਾਸ਼ਰੂਮ ਆ ਗਿਆ, ਡਰਾਇੰਗ ਰੂਮ ਨਾਲ ਵੀ ਅਟੈਚ ਹੋ ਗਿਆ, ਲੌਬੀ ਨਾਲ, ਇਹ ਲੌਬੀ ਨਾਲ ਵੀ ਆ, ਦੋ ਪਾਸੇ ਅਟੈਚ ਆ ਗਿਆ। ਹਾਂਜੀ ਇਹ ਵੀ ਬਈ ਬਹੁਤ ਵਧੀਆ ਆਪਸ਼ਨ ਰੱਖੀ ਆ ਵੀ ਡਰਾਇੰਗ ਰੂਮ ਨਾਲ ਵੀ ਵਾਸ਼ਰੂਮ ਅਟੈਚ ਕਰਤਾ ਤੇ ਲੌਬੀ ਨਾਲ ਵੀ ਕਰਤਾ, ਤੇ ਉੱਤੋਂ ਰੱਖਿਆ ਇੱਕ ਸਾਈਡ ਤੇ ਆ, ਤੇ ਵੀ ਆਪਣੇ ਉਹ ਚ ਅੰਦਰ ਵੀ ਨਾ ਹੋ ਆਵੇ, ਅੰਦਰ ਵੀ ਨਾ ਹੋ ਜੀ। ਤੇ ਕਿਚਨ ਬਈ ਦਿਖਾ ਦਈਏ ਇੱਕ ਵਾਰ ਦਰਸ਼ਕਾਂ ਨੂੰ, ਤੇ ਕਈ ਚੀਜ਼ਾਂ ਹਜੇ ਪੈਂਡਿੰਗ ਚੱਲ ਰਹੀਆਂ, ਬਾਈ ਦਾ ਕੰਮ ਚੱਲੀ ਜਾਂਦਾ ਡੇਲੀ ਰੂਟੀਨ ਹਾਲ ਤਾਂ ਦੇਖੋ ਆਪਣਾ ਜਿਵੇਂ ਪਿੰਡਾਂ ਵਾਲਾ ਹੋ ਗਿਆ ਬਾਹਰ ਹੀ ਵਰਤਦੇ ਆ ਜੀ, ਇਹ ਹੋ ਗਿਆ ਬਈ ਅੰਦਰਲਾ। ਠੀਕ ਹੈ ਜੀ। ਇੱਧਰ ਵੀ ਇਹ 'ਚ ਵੀ ਪਾਰਟੀਸ਼ਨ, ਇੱਕ ਕੰਧ ਦੇਖ ਰਿਹਾ ਮੈਂ ਠੀਕ ਹੈ, ਇਹ ਵਾਸ਼ ਵਾਲਾ ਏਰੀਆ ਇੱਧਰ ਅਲੱਗ ਆ ਗਿਆ, ਵਾਸ਼ ਵਾਲਾ ਏਰੀਆ ਅਲੱਗ ਆ ਗਿਆ। ਠੀਕ ਹੈ ਜੀ। ਆਪਾਂ ਕੈਮਰਾ ਮੈਨ ਨੂੰ ਕਹੂੰਗਾ ਵੀ ਦਿਖਾ ਦਿਓ ਇੱਕ ਵਾਰ, ਤੇ ਬਹੁਤ ਵਧੀਆ। ਤੇ ਮੇਨ ਜਿਹੜੀ ਪਿੰਡਾਂ 'ਚ ਚੱਲਦੀ ਹੈ ਕਿਚਨ, ਉਹ ਤਾਂ ਬਾਹਰ ਲਈ ਆ ਗਈ ਰਸੋਈ, ਬਈ ਉਹ ਬਾਹਰ ਦੇਸੀ ਝਲਾਨੀ ਆ ਗਈ ਕਹਿੰਦੇ ਹੁੰਦੇ ਜਿਵੇਂ ਹਨਾ। ਠੀਕ ਹੈ ਜੀ ਬਾਈ ਜੀ, ਬਹੁਤ ਸੋਹਣੀ ਕਿਚਨ ਵੀ, ਤੁਸੀਂ ਬਹੁਤ ਸੋਹਣਾ ਡਿਜ਼ਾਇਨ ਕੀਤਾ ਸਰ ਸਾਰੇ ਘਰ ਦਾ, ਤੇ ਬਹੁਤ ਸੋਹਣਾ ਲੱਗਿਆ। ਤੇ ਇੱਕ ਵਾਰ ਬਾਈ ਨਾ ਦਿਖਾ ਦੇ ਸਾਰਾ ਸਿਸਟਮ ਇੱਥੋਂ ਲੌਬੀ ਦਾ, ਤੇ ਲੌਬੀ ਵੀ ਖੁੱਲੀ ਡੁੱਲੀ ਤੇ ਹਰ ਇੱਕ ਚੀਜ਼ ਤੇ ਵਧੀਆ ਕੀਤੀ ਆ। ਹੋਰ ਬਾਈ ਤੁਸੀਂ ਕੀ ਕਹਿਣਾ ਚਾਹੋਗੇ? ਹੋਰ ਬਾਈ ਆ ਸੀਸੀਟੀਵੀ ਲਵਾ ਰੱਖਿਆ ਆਪਾਂ ਹਨਾ। ਠੀਕ ਹੈ। ਪੈਸਾ ਬੰਦਾ ਕਿੰਨਾ ਮਰਜ਼ੀ ਲਾ ਦੇ ਬਾਈ ਘਰ 'ਤੇ, ਸਭ ਤੋਂ ਜ਼ਰੂਰੀ ਚੀਜ਼ ਆ ਜਿੰਨਾ ਚਿਰ ਬੰਦੇ ਦੀ ਸੇਫਟੀ ਨਹੀਂ ਹੈਗੀ ਹਨਾ। ਠੀਕ ਹੈ ਜੀ। ਜ਼ਰੂਰੀ ਆ ਬਾਈ ਇਹ ਵੀ, ਸਭ ਤੋਂ ਜ਼ਰੂਰੀ ਚੀਜ਼ ਅੱਜ ਦੇ ਟਾਈਮ 'ਚ ਸੀਸੀਟੀਵੀ, ਇਹ ਆਪਾਂ ਬਈ ਸਾਰਾ ਕਵਰ ਕਰਾ ਰੱਖਿਆ। ਉਹ ਗੱਲ ਤੁਹਾਡੀ ਬਹੁਤ ਵਧੀਆ ਵੀ ਬੰਦਾ ਚਾਹੇ ਰੁਪਈਏ ਦਾ ਤਾਂ ਬਾਈ ਨਾ ਕਹਿੰਦੇ ਚਾਹੇ ਸਿਆਉਣਾ ਜੜ ਲਈਏ, ਹਾਂਜੀ, ਪਰ ਉਹਨੂੰ ਬਚਾਉਣ ਵਾਸਤੇ ਜਿਹੜੀ ਮੇਨ ਗੱਲ ਹੈ ਸੇਫਟੀ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੀ। ਤੇ ਕਿਉਂਕਿ ਬੰਦਾ ਰਾਤ ਬਰਾਤ ਤੇ ਬਾਹਰ ਆ ਕੇ ਤੇ ਗਏ ਆਪਾਂ, ਘਰ ਦੀ ਸੇਫਟੀ ਕੈਮਰਿਆਂ ਨਾਲ ਹੀ ਆ, ਮੋਬਾਈਲ 'ਤੇ ਵੀ ਅੱਜ ਕੱਲ੍ਹ ਚੱਲਦੇ ਆ। ਹਾਂ ਹਾਂ। ਤੇ ਇੱਕ ਬਾਈ ਤੁਸੀਂ ਰੋਸ਼ਨੀ ਦਾ ਬਹੁਤ ਉਹ ਰੱਖਿਆ। ਹਾਂਜੀ ਬਈ ਇਹ ਬਈ ਆਪਾਂ ਸਨਲਾਈਟ ਕਰਕੇ ਲਾਇਆ, ਇੱਕ ਪਾਸੇ ਤਾਂ ਆਪਾਂ ਬੂਟੇ ਬਾਟੇ ਲਾ ਰੱਖਿਆ ਬਈ ਬਾਹਰ ਵਧੀਆ ਹਨਾ। ਠੀਕ ਹੈ ਜੀ। ਪਰ ਫਿਰ ਵੀ ਬਈ ਆਪਾਂ ਨੂੰ ਕੁਦਰਤੀ ਚੀਜ਼ ਤਾਂ ਚਾਹੀਦੀ ਆ, ਅੰਦਰ ਧੁੱਪ ਆਉਂਦੀ ਆ ਬਈ, ਚਾਨਣ ਰਹਿੰਦਾ ਵਧੀਆ, ਨਾਲੇ ਇੱਥੇ ਬੈਠ ਜਾਂਦੇ ਘੰਟਾ, ਨਾਲੇ ਇੱਥੇ ਉਹ ਹੋ ਜਾਂਦਾ ਬਈ। ਮੇਨ ਗੱਲ ਉਹੀ ਹੈ ਨਾ ਬਈ, ਇੱਕ ਲੋਕ ਨਾਰਾ ਦਿੰਦੇ ਨੇ ਵੀ ਰੁੱਖ ਲਾਓ ਕੁਦਰਤ ਬਚਾਓ, ਰੁੱਖ ਮੈਂ ਦੇਖਿਆ ਤੁਸੀਂ ਵਧੀਆ ਸਿਸਟਮ ਕਰ ਰੱਖਿਆ, ਅੱਗੇ ਮਾਮੇ ਦਾ ਮੁੰਡਾ ਇਹਨੂੰ ਤਾਂ ਅਸੀਂ ਹੋਰ ਵੀ ਬਹੁਤ ਸੋਹਣੇ ਸੋਹਣੇ ਲਵਾਵਾਂਗੇ ਚੀਜ਼ਾਂ, ਕਿਉਂਕਿ ਪਈ ਸਿੱਧੀ ਆਉਂਦੇ ਸੜਕ ਤੋਂ। ਪਰ ਜਿਹੜੀ ਮੇਨ ਗੱਲ ਹੈ ਇਹ ਚੀਜ਼ ਦਾ ਬਹੁਤ ਧਿਆਨ 'ਚ ਰੱਖਿਆ ਵੀ ਆਪਾਂ ਰੋਸ਼ਨੀ ਦਾ ਪੈਂਦਾ ਰਹੇ, ਰੋਸ਼ਨੀ ਪੈਂਦੀ ਰਹੇ। ਤੇ ਅੱਗੇ ਸਮੇਂ ਸਮੇਂ ਤੇ ਮੇਰਾ ਛੋਟਾ ਭਰਾ ਗੁਰੀ ਜਿਹੜਾ ਕੈਮਰਾਮੈਨ ਆ, ਇਹ ਬਾਈ ਕੋਲੇ ਗੇੜਾ ਮਾਰਦਾ ਰਹਿੰਦਾ ਸੀਗਾ ਵੀ ਜਿੱਥੇ ਜਿੱਥੇ ਲੋੜ ਪੈਂਦੀ ਸੀ ਇਹ ਪੁੱਛ ਲੈਂਦੇ ਵੀ ਆਏ ਹਾਂ, ਕਿਉਂਕਿ ਸਾਨੂੰ ਆਏ ਸੀ ਵੀ ਲੋਕ ਆਏ ਨਾ ਕਹਿਣ ਵੀ ਭਾਈ ਤੇਰੇ ਮਾਮੇ ਦੀ ਮੁੰਡੇ ਦੀ ਕੋਠੀ ਨਹੀਂ ਗੱਲ ਬਣੀ ਹੈਗੀ, ਤੇ ਇਹ 'ਚ ਬਹੁਤ ਚੀਜ਼ਾਂ ਦਾ ਅਸੀਂ ਧਿਆਨ 'ਚ ਰੱਖਿਆ। ਤੇ ਆ ਜਾ ਅੰਮ੍ਰਿਤ ਫਿਰ ਅੱਗੇ ਦਿਖਾਈਏ। ਹਾਂਜੀ ਹਾਂਜੀ ਬਈ, ਇੱਧਰ ਇਹ ਆ ਗਿਆ ਇੱਕ ਰੂਮ ਆ ਗਿਆ। ਹਾਂ ਬਈ ਇਹ ਆ ਗਿਆ ਰੂਮ ਜੀ। ਠੀਕ ਹੈ। ਇਹਦੇ ਨਾਲ ਬਈ ਅੱਛਾ ਆਪ ਅਟੈਚ ਕਰਤਾ ਬਈ ਬਾਥਰੂਮ ਨਾਲ, ਇਹਦਾ ਡਰੈਸਿੰਗ ਹੋ ਗਿਆ ਅਟੈਚ। ਠੀਕ ਹੈ ਦੋਸਤੋ, ਦੇਖ ਲਓ ਇੱਕ ਰੂਮ ਦੇ ਨਾਲ ਇਹ ਦੋਨਾਂ ਦਾ ਰੱਖਣ ਦਾ ਕੀ ਕਨਸੈਪਟ ਆਇਆ? ਮਤਲਬ ਇਹ ਬਈ ਇੱਕ ਤਾਂ ਆਪਣਾ ਬਜਟ ਨਹੀਂ ਹੱਲਦਾ ਬਈ। ਠੀਕ ਹੈ। ਹਾਂਜੀ। ਬਾਕੀ ਆਪਣਾ ਜੇ ਹੁਣ ਬਣਾਉਂਦੇ ਤਿੰਨ ਬਾਥਰੂਮ ਬਣਦੇ ਇੱਥੇ, ਠੀਕ ਹੈ, ਹੁਣ ਦੋ ਬਾਥਰੂਮ ਨਾਲ ਆਪਣਾ ਨੀਚੇ ਸਰ ਗਿਆ ਵਧੀਆ, ਇੱਕੋ ਹੀ ਆਪਾਂ ਉੱਪਰ ਬਚਿਆ, ਆਪਾਂ ਉਹੀ ਇਹਦੇ ਵੱਧ ਪੈਸੇ ਲਾ ਦੇ ਬਈ। ਠੀਕ ਹੈ। ਦੋ ਬਣਾਉਂਦੇ ਆਪਾਂ, ਡਬਲ ਕਾਸਟ ਹੋ ਗਈ ਸੀ। ਹਾਂਜੀ ਬਈ, ਮੇਨ ਗੱਲ ਇਹ ਵੀ ਰੂਮ ਆਪਾਂ ਇੰਨੇ ਵਰਤਣ ਦਾ ਹੁੰਦੇ ਨੀਗੇ, ਰੂਮ ਵਰਤਣੇ ਇੱਕ ਵਾਰ ਬਣ ਜ਼ਰੂਰ ਜਾਂਦੇ ਨੇ ਨਵੇਂ ਘਰ 'ਚ। ਹਾਂਜੀ। ਤੇ ਲੱਕੜ ਦਾ ਵੀ ਬਹੁਤ ਸੋਹਣਾ ਕੰਮ ਹੋਇਆ, ਕੀ ਨਾਮ ਮਿਸਤਰੀ ਦਾ ਬਾਈ ਜਿਹਨੇ ਕੀਤਾ? ਲੱਕੜ ਦਾ ਬਾਈ ਅੰਗਰੇਜ਼ ਆਇਆ ਮਿਸਤਰੀ, ਆਪਣੇ ਗੁਆਂਢੀ ਪਿੰਡ ਤੋਂ ਜਗੇ ਤੋਂ। ਠੀਕ ਹੈ। ਹਾਂਜੀ ਬਈ ਉਹਨੇ ਕੀਤਾ ਤੇ ਸਾਰਾ ਘਰ ਤਿਆਰ ਕਰਨ ਵਾਲਾ ਮਿਸਤਰੀ ਬਾਈ, ਉਹਦਾ ਕੀ ਨਾਮ? ਇਹ ਬਾਈ ਭੁੰਦੜ ਤੋਂ ਸੀ ਮਿਸਤਰੀ। ਕੀ ਨਾਮ? ਜੱਸਾ ਬਾਈ ਮਿਸਤਰੀ ਦਾ ਨਾਮ। ਜੱਸਾ। ਹਾਂਜੀ ਬਾਈ। ਠੀਕ ਹੈ ਬਾਈ। ਤੇ ਬਾਈ ਬਹੁਤ ਸੋਹਣਾ ਵਧੀਆ ਕੰਮ ਹੋਇਆ ਹੋਇਆ। ਇਹ ਆਪਾਂ ਬਈ ਪਿਛਲੇ ਸਾਲ ਹੀ ਸ਼ੁਰੂ ਕੀਤੀ ਸੀ ਲਾ ਲਓ। ਠੀਕ ਹੈ। ਇਹ ਆਪਾਂ 22 ਜਨਵਰੀ ਨੂੰ ਪਿਛਲੇ ਸਾਲ ਨਿਉਂ ਧਰੀ ਸੀ ਇਹਦੀ।
ਠੀਕ ਹੈ ਜੇ ਤੋਂ ਬਾਅਦ ਲਾ ਲਓ ਵੀ ਅੱਜ ਵੀ ਅੱਜ ਫਰਵਰੀ ਚ ਆਪਾਂ ਵੀਡੀਓ ਕਰ ਰਹੇ ਹਾਂ ਫਰਵਰੀ ਹੋ ਗਈ ਮਹੀਨਾ ਕ ਆਪਾਂ ਨੂੰ ਇੱਧਰ ਆਇਆ ਨੂੰ ਹੋ ਗਿਆ ਪੂਰੇ 1 ਸਾਲ ਦੇ ਵਿੱਚ ਕੰਪਲੀਟ ਹੋ ਗਿਆ 1 ਸਾਲ ਚ ਸਾਰੀ ਆਪਾਂ ਕੰਪਲੀਟ ਕਰਕੇ ਇੱਧਰ ਆ ਗਏ ਸੀ ਠੀਕ ਹੈ ਜੀ ਹਾਂਜੀ ਬਾਈ ਤੇ ਬਈ ਇੱਕ ਚੀਜ਼ ਇੱਥੋਂ ਵੀ ਮੈਂ ਆ ਵੀ ਬਹੁਤ ਵਧੀਆ ਰੱਖਿਆ ਤੁਸੀਂ ਕਨਸੈਪਟ ਕਿਉਂਕਿ ਜਦੋਂ ਖੇਤਾਂ 'ਚ ਘਰ ਹੁੰਦਾ ਇੱਥੋਂ ਪੌੜੀਆਂ 'ਤੇ ਚੜ੍ਹ ਕੇ ਆਪਣਾ ਸਾਰਾ ਵੀ ਸੜਕ ਦਾ ਦੇਖ ਸਕਦੇ ਬਈ ਅੱਗੇ ਆ ਕੇ ਦਿਖਾ ਦਿਓ ਥੋੜ੍ਹਾ ਜਿਹਾ ਅਤੇ ਇੱਕ ਤਰ੍ਹਾਂ ਦਾ ਜਿਵੇਂ ਪਹਿਲਾਂ ਹੁੰਦਾ ਸੀ ਕਹਿੰਦੇ ਜਦੋਂ ਸਾਰੇ ਕਰਨ ਆਪਦੀ ਇੱਕ ਸੇਫਟੀ ਪੁਆਇੰਟ ਰੱਖਦੇ ਵੀ ਇੱਥੋਂ ਜੇ ਕੋਈ ਬਾਹਰ ਕੋਈ ਰੌਲਾ ਆਪਾਂ ਦੇਖ ਲੈਂਦੇ ਨੇ ਹਾਂਜੀ ਉਹ ਵੀ ਆਪਾਂ ਵਧੀਆ ਕਨਸੈਪਟ ਨਾਲ ਰੱਖਿਆ ਗਿਆ ਅਤੇ ਅੱਜ ਫਸਟ ਫਲੋਰ 'ਤੇ ਚੱਲਦੇ ਅਤੇ ਕਰਦੇ ਗੱਲਬਾਤ ਅੰਮ੍ਰਿਤ ਫਸਟ ਫਲੋਰ 'ਤੇ ਆ ਗਏ ਹਾਂਜੀ ਬਾਈ ਅਤੇ ਇੱਥੋਂ ਦੀ ਵੀ ਜਾਣਕਾਰੀ ਦਿਓ ਵੀ ਕੀ ਆਪਣਾ ਸੈਟਅਪ ਇੱਥੇ ਫਸਟ ਹਾਂਜੀ ਬਾਈ ਦੋ ਰੂਮ ਆ ਗਏ ਉੱਪਰ ਇੱਕ ਬਾਥਰੂਮ ਆ ਗਿਆ ਅਟੈਚਡ ਅਤੇ ਇੱਧਰ ਬਾਲਕੋਨੀ ਆ ਗਈ ਪਿੱਛੇ ਓਪਨ ਏਰੀਆ ਆ ਗਿਆ ਆਪਾਂ ਆਹ ਚੀਜ਼ ਕਿਵੇਂ ਆ ਆਹ ਚੀਜ਼ ਕਿਵੇਂ ਆ ਇਹਦਾ ਸੁਪਨਾ ਸੀ ਜਿਹੜਾ ਮੇਨ ਉਹ ਰੂਮ ਦਾ ਸੀ ਉਦੋਂ ਬਾਅਦ ਜ਼ਿਆਦਾਤਰ ਬਾਈ ਆਪਾਂ ਰੂਮ ਚ ਹੀ ਰਹਿਣਾ ਹੁੰਦਾ ਆਪਦੇ ਬੰਦੇ ਨੇ ਦਿਨੇ ਬੰਦਾ ਆਪਦਾ ਕੰਮ ਧੰਦਾ ਕਰਦਾ ਬਾਹਰ ਹੁੰਦਾ ਜ਼ਿਆਦਾਤਰ ਰੂਮ ਦਾ ਹੀ ਹੁੰਦਾ ਬਾਈ ਇੱਥੇ ਆਪਣਾ ਦੇਖੋ ਬਈ ਮਾਮੇ ਵਾਲੇ ਨੇ ਰੂਮ ਦੀ ਕੱਢੀ ਪਈ ਛੰਡਪੂਰੀ ਦਿਖਾ ਦੇ ਕਿਹੜਾ ਰੂਮ ਤੇ ਬਈ ਦੱਸਿਓ ਉਹਦੇ ਬਾਰੇ ਕੀ ਕੀ ਚੀਜ਼ਾਂ ਚ ਕੀਤੀਆਂ ਵੱਖਰੀਆਂ ਤੋਂ ਬਾਬਾ ਜੀ ਅਸੀਂ ਦੋਨੇ ਹੁੰਦੇ ਸੀ ਆਪਣਾ ਮਿੱਤਰਾ ਮੁੰਡਾ ਜਗੇ ਕੀ ਨਾਮ ਬਾਈ ਦਾ ਨਵਜੋਤ ਨਵਜੋਤ ਸਿੰਘ ਬਾਈ ਜਗੇ ਤੋਂ ਹਾਂ ਬਈ ਅਸੀਂ ਦੋਨੇ ਹੁੰਦੇ ਬਾ ਫੋਨ ਤੇ ਦੇਖੀ ਜਾਣਾ ਜਾਂ ਗੁਰੀ ਨੂੰ ਫੋਨ ਲਾ ਲੈਣਾ ਬਈ ਆਪਾਂ ਰੂਮ ਤਿਆਰ ਕਰਨਾ ਕਿ ਠੀਕ ਹੈ ਉਹ ਬਾਬਾ ਜੀ ਅਸੀਂ ਇੱਕ ਪਹਿਲਾਂ ਤਾਂ ਅਸੀਂ ਇੱਧਰਲਾ ਪੋਰਸ਼ਨ ਤਿਆਰ ਕੀਤਾ ਬਾਈ ਪਹਿਲਾਂ ਮੇਨ ਸਕਰੀਨ ਤਿਆਰ ਕਰੀ ਸਕਰੀਨ ਤਿਆਰ ਕੀਤੀ ਮੂਹਰੋਂ ਤਿਆਰ ਕਰਕੇ ਬਈ ਆਪ ਕੰਮ ਧੰਦੇ ਤੇ ਹੁੰਦੇ ਸੀ ਜ਼ਿਆਦਾਤਰ ਇਹੀ ਹੁੰਦਾ ਸੀ ਮੁੰਡਾ ਠੀਕ ਹੈ ਮੈਂ ਤਾਂ ਇੱਥੇ ਪਲਾਂਟ 'ਚ ਹੁੰਦਾ ਸੀ ਕੰਮ 'ਚ ਮੈਂ ਸ਼ਾਮ ਨੂੰ 9 ਵਜੇ ਆਉਂਦਾ ਆ ਕੇ ਦੇਖਦਾ ਕੀ ਹੋਇਆ ਪਿਆ ਠੀਕ ਹੈ ਹਾਂ ਬਾਈ ਪਰ ਹੁਣ ਪਤਾ ਲੱਗਦਾ ਵੀ ਚੀਜ਼ ਸਿਰਾ ਬਣੀ ਪਈ ਆ ਹਾਂ ਹਾਂ ਤੇ ਧੰਨਵਾਦ ਮਿਸਤਰੀ ਦਾ ਵੀ ਕਰਦੇ ਹਾਂ ਜਿਹੜੇ ਨੇ ਬਾਈ ਨੇ ਕਹਿੰਦੇ ਹੁੰਦੇ ਕੰਮ ਨੂੰ ਨੇਪਰੇ ਵਧੀਆ ਤਰੀਕੇ ਨਾਲ ਚੜਾਇਆ ਹਾਂ ਬਾਈ ਮਿਸਤਰੀ ਵਧੀਆ ਸੀ ਆਪਣੀ ਰਾਏ ਤੋਂ ਬਿਨਾਂ ਉਹਨੇ ਕੋਈ ਕੰਮ ਨਹੀਂ ਕੀਤਾ ਠੀਕ ਹੈ ਮਰਜ਼ੀ ਨਾਲ ਠੀਕ ਆ ਬਾਈ ਬਾਈ ਜੀ ਇਹ ਮਗਰ ਕੀ ਲੱਗਿਆ ਹੋਇਆ ਸੀ ਇਹ ਬਾਈ ਯੂਵੀ ਸ਼ੀਟ ਆ ਬਾਈ ਅੱਛਾ ਹਾਂਜੀ ਬਾਈ ਯੂਵੀ ਸ਼ੀਟ ਆਉਂਦੀ ਹੈ ਇਹ ਵਾਲ ਪੇਪਰ ਨਾਲ ਕੋਸਟਲੀ ਨਹੀਂ ਪੈਂਦੀ ਨਹੀਂ ਨਹੀਂ ਬਾਈ ਇਹ 1200 ਰੁਪਏ ਦੀ ਸ਼ੀਟ ਹੈ ਠੀਕ ਆ ਹਾਂਜੀ ਬਾਈ ਤੇ ਨਾਲੇ ਡਿਜ਼ਾਈਨ ਆ ਨਾ ਬਾਈ ਹਾਂ ਬਾਈ ਵਾਲ ਪੇਪਰ ਬਾਅਦ ਚ ਖਰਾਬ ਹੋ ਗਿਆ ਪਾਣੀ ਲੱਗ ਗਿਆ ਉਹਦਾ ਚੱਕਰ ਆ ਬਾਈ ਇਹ ਚੰਗਾ ਫਿਕਸ ਹੋ ਜਾਂਦੀ ਹੈ ਨਾ ਇਹਦੇ ਨਾਲ ਸਿੱਲ ਆਵੇ ਬਾਈ ਠੀਕ ਆ ਉੱਥੇ ਨੀਚੇ ਵੀ ਸਿੱਲ ਆ ਗਈ ਸੀ ਅੱਛਾ ਆਪਾਂ ਉੱਥੇ ਵੀ ਯੂਵੀ ਸ਼ੀਟ ਹੀ ਵਰਤੀ ਬਾਈ ਠੀਕ ਆ ਠੀਕ ਆ ਹਾਂਜੀ ਇਹ ਵਧੀਆ ਹੈ ਨਾ ਬਾਈ ਤੇ ਸਾਰਾ ਪ੍ਰੋਸੈਸ ਆ ਗਿਆ ਤੇ ਉੱਪਰ ਵੀ ਬਹੁਤ ਸੋਹਣੀ ਡਾਊਨ ਸੀਲਿੰਗ ਹੋਈ ਹੋਈ ਹੈਗੀ ਤੇ ਵਧੀਆ ਪ੍ਰੋਸੈਸ ਮਤਲਬ ਬਾਕੀ ਰੂਮ ਬਣਿਆ ਹੋਇਆ ਤੇ ਵਾਸ਼ਰੂਮ ਦਾ ਵੀ ਦਿਖਾ ਦਈਏ ਇੱਕ ਵਾਰ ਇਹ ਲੌਬੀ ਨਾਲ ਵੀ ਅਟੈਚ ਕੀਤਾ ਬਈ ਵਾਸ਼ਰੂਮ ਇਹ ਲੌਬੀ ਨਾਲ ਅਟੈਚ ਕੀਤਾ ਠੀਕ ਹੈ ਇੱਥੇ ਵੀ ਆਪਾਂ ਮਾਸਟ ਬਚਾਈ ਆਪਣੀ ਹਾਂ ਹਾਂਜੀ ਜਿਹੜੀ ਮੇਨ ਗੱਲ ਹੈ ਬਈ ਇੱਕ ਗੱਲ ਕਰੀਏ ਜਿਹੜਾ ਮਾਰਬਲ ਪੱਥਰ ਦਾ ਕਹਿ ਦਿੰਦੇ ਆ ਹਾਂਜੀ ਪੱਥਰ ਦਾ ਕੰਮ ਕਿੱਥੋਂ ਹੋਇਆ ਆਪਣੇ ਕੋਲ ਸਾਰਾ ਇਹ ਪੱਥਰ ਬਈ ਟਾਇਲ ਆਈ ਹੈ ਆਪਣੀ ਕੁਛ ਤਾਂ ਬਠਿੰਡੇ ਤੋਂ ਆਈ ਹੈ ਬਈ ਠੀਕ ਹੈ ਉਹ ਆਪਣੀ ਆਈ ਹੈ ਮਾਨਸਾ ਤੋਂ ਇਹ ਅਲੱਗ ਅਲੱਗ ਹੀ ਲੈ ਕੇ ਆਈ ਹੈ ਬਈ ਆਪਾਂ ਜਿਵੇਂ ਨੀਚੇ ਵਾਲਾ ਬਾਥਰੂਮ ਤਿਆਰ ਹੋ ਗਿਆ ਉਹਦੀ ਲਿਆਂਦੀ ਪਹਿਲਾਂ ਟਾਇਲ ਫਿਰ ਡਰਾਇੰਗ ਰੂਮ ਵਾਲੇ ਦੀ ਲਿਆਂਦੀ ਬਈ ਫਿਰ ਆਪਾਂ ਇਹਦੇ ਵਾਲੀ ਚੋਂ ਐਸ ਕਰਕੇ ਬਹਿ ਕੇ ਫਿਰ ਲੈ ਕੇ ਆਉਂਦੀ ਆ ਐਂ ਇਹ ਇਕੱਠੀ ਮੰਗਾ ਲਈ ਬਈ ਠੀਕ ਹੈ ਹਾਂਜੀ ਮਤਲਬ ਮੇਨ ਟਾਈਮ ਟਾਈਮ ਨਾਲ ਹਨਾ ਹਾਂ ਬਈ ਠੀਕ ਹੈ ਜੀ ਬਾਕੀ ਸਾਰਾ ਕੰਮ ਆਪਾਂ ਜਲਦਬਾਜ਼ੀ ਨਾਲ ਹੀ ਕੀਤਾ ਪਰ ਬਈ ਜਿਹੜਾ ਆਹ ਰੂਮ ਤਿਆਰ ਕਰਾਏ ਜਾਂ ਬਾਥਰੂਮ ਤਿਆਰ ਕਰਾਏ ਇਹ ਆਪਾਂ ਟੋਰ ਨਾਲ ਸ਼ੌਂਕ ਨਾਲ ਹੀ ਕੀਤਾ ਬਈ ਠੀਕ ਹੈ ਇਹ ਮਤਲਬ ਜੇ ਸੁਪਨਾ ਕਹਿੰਦੇ ਹੁੰਦੇ ਘਰ ਤੇ ਬਣਾਉਣ ਦਾ ਉਹ ਪੂਰਾ ਕੀਤਾ ਵੀ ਆਪਾਂ ਆਹ ਚੀਜ਼ ਆ ਬਣਾਉਣੀ ਆ ਹਾਂਜੀ ਬਈ ਹਾਂਜੀ ਠੀਕ ਹੈ ਦੋਸਤੋ ਆਪਾਂ ਛੱਤ ਤੇ ਪਹੁੰਚ ਚੁੱਕੇ ਹਾਂ ਤੇ ਇੱਕ ਗੱਲ ਇੱਥੇ ਦੱਸਣੀ ਬਣਦੀ ਆ ਤੁਸੀਂ ਬੈਕ ਸਾਈਡ ਤੇ ਦੇਖ ਰਹੇ ਹੋ ਇਹ ਥਰਮਲ ਪਲਾਂਟ ਬਣਾ ਵਾਲੀ ਪਿੰਡ ਜ਼ਿਲ੍ਹਾ ਮਾਨਸਾ ਮਾਨਸਾ ਤੋਂ ਤਲਵੰਡੀ ਰੋਡ ਤੇ ਜਿਹੜਾ
ਉਹਦੇ ਬਿਲਕੁਲ ਸਾਹਮਣੇ ਕੋਠੀ, ਜੇ ਕਿਸੇ ਮਿੱਤਰ ਨੇ ਦੇਖਣੀ ਤਾਂ ਦੇਖ ਵੀ ਸਕਦਾ। ਦੂਜੀ ਗੱਲ ਇੱਕ ਦੱਸ ਦਈਏ ਬਈ, ਇੱਥੋਂ ਦੇ MLA ਵੀ ਨੇ ਗੁਰਪ੍ਰੀਤ ਸਿੰਘ ਬਣਾਵਾਲੀ, ਅਤੇ ਉਹ ਵੀ ਬਹੁਤ ਵੱਡੀ ਗੱਲ ਆ ਵੀ ਪਿੰਡ ਲਈ ਇੱਥੋਂ ਦੇ MLA ਵੀ ਨੇ। ਅਤੇ ਤੀਜੀ ਗੱਲ ਬਈ, ਜੇ ਗੱਲ ਕਰੀਏ ਬਈ, ਮੈਂ ਇੱਕ ਲਾਸਟ ਸਵਾਲ ਪੁੱਛਦਾ ਵੀ, ਆਪਾਂ ਖਰਚਾ ਕੰਟਰੋਲ ਕਿੱਥੇ ਕਰ ਸਕਦੇ ਹਾਂ, ਕਿਹੜੀਆਂ ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਇਹਨਾਂ ਘਰ 'ਚ? ਹੁਣ ਤੂੰ ਤਾਂ ਮੇਰੇ ਮਾਮੇ ਦਾ ਬੇਟਾ, ਤੂੰ ਤਾਂ ਕਈ ਵਾਰ ਮੈਨੂੰ ਵੀ ਫੋਨ ਲਾ ਲੈਂਦਾ ਸੀਗਾ, ਅਤੇ ਪਰ ਫਿਰ ਵੀ ਕੁਛ ਨਾ ਕੁਛ, ਤੂੰ ਅੰਬਰ ਦਾ ਪੜ੍ਹਿਆ ਲਿਖਿਆ ਮੁੰਡਾ ਚੰਡੀਗੜ੍ਹੋਂ, ਤਾਂ ਕੁਛ ਨਾ ਕੁਛ ਨਿਚੋੜ ਕੱਢਿਆ ਹੋਊਗਾ ਨਾ ਬਾਈ? ਖਰਚੇ ਦਾ ਸਾਰਾ ਆਪਣਾ ਆਪਣਾ ਦੋਸਤ ਆ ਮੁੰਡਾ, ਠੀਕ ਹੈ, ਨਹੀਂ ਦੇਖਿਆ ਸਾਰਾ, ਹਨਾ, ਠੀਕ ਹੈ, ਨਾਲ ਹੀ ਕਰ ਲਓ ਤੁਸੀਂ ਗੱਲ। ਲੈ ਮੈਂ ਫਿਰ ਬਾਈ ਤੋਂ ਪੁੱਛਦਾ, ਕਹਿੰਦਾ ਅੰਬਰ ਦਾ, ਕਹਿੰਦਾ ਬਚਤ ਵਾਲੇ ਪਾਸੇ ਨਹੀਂ ਮੈਂ ਗਿਆ, ਕਿਉਂਕਿ ਬਾਈ ਉਹ ਥਰਮਲ 'ਚ ਕੰਮ ਕਰਦਾ, ਅਤੇ ਕਹਿੰਦਾ ਟਾਈਮ ਘੱਟ ਹੁੰਦਾ ਸੀਗਾ। ਬਾਈ ਸਵਾਗਤ ਆ ਤੇਰਾ ਚੈਨਲ 'ਤੇ। ਹਾਂਜੀ ਬਾਈ ਜੀ। ਅਤੇ ਬਾਈ ਦਰਸ਼ਕਾਂ ਨੂੰ ਨਾ, ਕਿਉਂਕਿ ਮੈਨੂੰ ਪਤਾ ਤੁਹਾਡੀ ਯਾਰੀ ਸਾਰੇ ਦੋਸਤਾਂ ਦੀ ਬਹੁਤ ਪੁਰਾਣੀ ਆ, ਇਕੱਠੀ ਰਹਿਣੇ ਹੋ। ਹਾਂਜੀ ਬਾਈ। ਅੰਮ੍ਰਿਤ ਨੇ ਜਿਵੇਂ ਤੁਹਾਡੀ ਡਿਊਟੀ ਲਾਈ ਸੀ, ਹਾਂਜੀ ਬਾਈ, ਤੇ ਹੁਣ ਡਿਊਟੀ ਤੁਸੀਂ ਨਿਭਾਈ ਵੀ ਵਧੀਆ, ਮੈਂ ਦੇਖੀ ਜਾਂਦਾ। ਹਾਂਜੀ ਬਾਈ। ਤੇ ਹੁਣ ਦੱਸੋ ਬਾਈ, ਕਿਵੇਂ ਖਰਚਾ ਆਪਾਂ, ਜਾਂ ਕਿਹੜੀਆਂ ਕਿਹੜੀਆਂ ਗੱਲਾਂ ਧਿਆਨ ਰੱਖਣਾ? ਬਾਈ ਮਕਾਨ ਖੜਾ ਕਰਨਾ ਤਾਂ ਬਹੁਤ ਸੌਖਾ ਹੈ, 15-20 ਲੱਖ 'ਚ ਖੜਾ ਹੋ ਜਾਂਦਾ। ਕਹਿਣ ਦਾ ਭਾਵ ਵੀ ਜੇ ਕੋਈ ਕਿਚਨ ਦਾ ਸਮਾਨ ਹੈ ਜਾਂ ਲੱਕੜ ਦਾ ਸਮਾਨ ਹੈ ਜਾਂ ਕੋਈ ਪੱਥਰ ਵਗੈਰਾ, ਇਹੀ ਮਹਿੰਗਾ। ਜੇ ਤੱਕ ਮੇਰਾ ਆਈਡੀਆ ਜਾਂਦਾ, ਇਹ ਆਪਾਂ 4-5 ਬੰਦਿਆਂ ਦੀ ਰਾਇ ਲੈ ਕੇ ਕਰੀਏ ਤਾਂ ਬਹੁਤ ਚੰਗਾ, ਅਤੇ ਪੁੱਛ ਕੇ ਕਰੀਏ। ਠੀਕ ਹੈ। ਹਾਂਜੀ ਬਾਈ। ਜੇ ਮੈਂ ਦੇਖ ਲੈਣਾ ਅੰਬਰ ਦੇ ਯਾਰ ਵੇਲੀ ਨੇ ਪੱਕੇ, ਹਾਂਜੀ ਬਾਈ, ਤੁਸੀਂ ਇਕੱਠੇ ਜਾਂਦੇ ਸੀ? ਹਾਂਜੀ ਬਾਈ ਜੀ, ਇਕੱਠੇ ਜਾਂਦੇ ਸੀਗੇ। ਤੁਸੀਂ ਮੈਨੂੰ ਵੀ ਕਈ ਵਾਰ ਜਦੋਂ ਕਈ ਵਾਰ ਫੋਨ ਆਇਆ, ਤੁਸੀਂ ਕਹਿੰਦੇ ਸੀਗੇ ਵੀ ਬਾ ਹੁਣ ਤੂੰ ਰੇਟ ਦੇ ਦਾ ਜਿਹੜਾ, ਹੁਣ ਅਸੀਂ ਰੇਟ ਲੈਣਾ ਅਗਲਾ। ਹਾਂਜੀ ਹਾਂਜੀ। ਉਹ ਕਿਵੇਂ ਕੀ ਕਰਦੇ ਸੀ ਬਾਈ ਉਹਦੇ ਵਾਸਤੇ? ਬਾਈ ਅਸੀਂ ਇੱਦਾਂ ਕਰਦੇ ਸੀ, 4 ਵੇਲੀ ਹੁੰਦੇ ਸੀ, ਅੱਡੋ ਅੱਡ ਅਸੀਂ ਪੁੱਛ ਲੈਂਦੇ ਸੀਗੇ ਵੀ ਜਿਹੜੀਆਂ ਦੁਕਾਨਾਂ ਮਸ਼ਹੂਰ ਆ ਇੱਥੇ, ਜਿਹੜੀਆਂ ਦੁਕਾਨਾਂ ਮਸ਼ਹੂਰ, ਅੱਡੋ ਅੱਡ ਪੁੱਛ ਕੇ ਅਸੀਂ ਵਟਸਐਪ ਹਰੇਕ ਕੋਲ ਚੱਲਦਾ ਅੱਜ ਕੱਲ੍ਹ। ਅਸੀਂ ਮੈਸੇਜ ਕਰ ਲੈਣਾ ਬਾਈ ਇੱਥੇ ਆਹ ਰੇਟ ਹੈ, ਇੱਥੇ ਆਹ ਰੇਟ ਹੈ, ਚੈੱਕ ਕਰਕੇ ਤੇ ਅਸੀਂ ਜਿੱਥੋਂ ਸਾਨੂੰ ਸਹੀ ਲੱਗਦਾ ਉੱਥੋਂ ਅਸੀਂ ਲੈ ਲੈਂਦੇ ਸੀਗੇ। ਠੀਕ ਹੈ ਜੀ। ਹਾਂਜੀ ਬਾ, ਸਭ ਤੋਂ ਵੱਡੀ ਗੱਲ ਵੀ ਇਹ 'ਚੋਂ ਇੱਕ ਪੁਆਇੰਟ ਨਿਕਲ ਕੇ ਆਉਂਦਾ ਵੀ ਜੇ ਆਪਾਂ ਦੋ ਚੀਜ਼ਾਂ ਦੀ ਵਰਤੋਂ ਕਰ ਲਈਏ, ਮਤਲਬ ਥੋੜ੍ਹਾ ਜਿਹਾ ਦਿਮਾਗ ਹੈ, ਥੋੜ੍ਹੀ ਜਿਹੀ ਮਿਹਨਤ ਹੈ, ਕਿਤੇ ਵੀ ਆਪਾਂ ਜਾਂਦੇ ਹਾਂ, 2-3 ਜਣੇ ਤਾਂ ਜਾਂਦੇ ਹੀ ਆਮ ਜਾਂਦੇ ਹਾਂ ਬਾਈ, ਖਰਚਾ ਆਪਣਾ ਖਾਣ ਪੀਣ ਦਾ ਵੀ ਹੁੰਦਾ ਹੀ ਆ, ਹੁੰਦਾ ਹੀ ਹੁੰਦਾ, ਤੇ ਪਰ ਕੀ ਕਰ ਲਈਏ ਤਾਂ ਬਾਈ ਸਹੀ ਹੈ। ਹਾਂ, ਜੇ ਹੁਣ ਤੁਸੀਂ 4 ਜਣੇ ਜਾਂਦੇ, ਇਹਨੂੰ ਰਾਇ ਦਿੱਤੀ ਵੀ ਆਪਾਂ ਆਹ ਚੀਜ਼ ਇੱਥੇ ਕਿਹੜੀ ਜਾਂਦੀ ਆ, ਚੀਜ਼ ਸੇਮ ਹੁੰਦੀ ਆ, ਸੇਮ ਹੁੰਦੀ, ਪਰ 5-10 ਪੈਸੇ ਦਾ ਜੇ ਆਪਾਂ ਨੂੰ 5% ਵੀ ਸਸਤਾ ਮਿਲ ਗਿਆ, ਲੱਖ ਮਗਰ 5,000 ਬਚ ਗਿਆ ਬਾਈ। 5,000 ਆਪਣਾ ਤੇਲ ਵੀ ਨਹੀਂ ਲੱਗਦਾ, ਨਾਲ ਖਰਚਾ ਨਹੀਂ ਲੱਗਦਾ ਬਾਈ, ਨਹੀਂ ਲੱਗਦਾ। ਬਹੁਤ ਵੱਡੀ ਗੱਲ ਬਾਈ ਨੇ ਦੱਸੀ ਹੈ ਬਾਈ, ਜਿੱਥੇ ਬੱਚਤ ਹੋ ਜੇ ਫਿਰ ਉੱਥੇ ਖਾਣ ਪੀਣ ਵੀ ਚੰਗਾ ਹੋ ਜਾਂਦਾ ਨਾ, ਚੰਗਾ ਹੋ ਜਾਂਦਾ, ਬੰਦਾ ਖੁਸ਼ ਹੋ ਕੇ ਆਉਂਦਾ। ਹਾਂ ਬਾਈ, ਇਹ ਗੱਲ ਬਾਈ ਬਹੁਤ ਵਧੀਆ ਤੁਸੀਂ ਦੱਸੀ, ਤੇ ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰੂੰਗਾ ਵੀ ਕਿਤੇ ਸਿੱਧਾ ਜਾ ਕੇ ਆਰਡਰ ਦਿਆ ਕਰੋ ਵੀ ਆਹ ਟਾਇਲ ਦੇ ਦੇ, ਆਹ ਸਾਨੂੰ ਆਹ ਫੋਟੋ ਦਿਖਾ ਕੇ ਆਹ ਦੇ ਦਿਓ, ਤੁਸੀਂ ਘੱਟੋ ਘੱਟ ਨਹੀਂ ਕਰਨੀ ਚਾਹੀਦੀ, 4-5 ਬੰਦੇ ਦੀ ਰਾਇ ਲੈਣੀ ਜ਼ਰੂਰੀ ਹੈ। ਹਾਂ, ਕਿਉਂਕਿ ਓਲਾ ਬਹੁਤ ਆ ਬਾਈ, ਬਾਈ ਅੱਜ ਕੱਲ੍ਹ ਬਹੁਤ ਓਲਾ ਹੈ, ਆਪਾਂ ਵੇਖਦੇ ਹਾਂ, ਅਸੀਂ ਵੇਖਦੇ ਰਹੇ ਹਾਂ ਨਾ, ਆਹ ਦੁਕਾਨ 'ਤੇ ਉਹ ਰੇਟ ਸੀ, ਆਹ ਦੁਕਾਨ 'ਤੇ ਉਹ ਰੇਟ ਸੀ, ਪਤਾ ਕਰਕੇ ਲੈਣੀ ਚਾਹੀਦੀ ਹੈ ਕੋਈ ਚੀਜ਼ ਵੀ, ਆਪਾਂ ਸਿੱਧਾ ਨਹੀਂ ਕਹਿ ਦੇਣੀ ਫੋਟੋ ਦਿਖਾ ਕੇ ਵੀ ਆਹ ਦੇ ਦਿਓ ਬਾਈ ਜੀ, ਉਹ ਗਲਤ ਹੈ ਜੀ। ਦੂਜੀ ਗੱਲ ਹੈਗੇ ਤਾਂ ਮਾਮੇ ਦੇ ਬੇਟੇ ਨੇ, ਪਰ ਸਭ ਤੋਂ ਵੱਡੀ ਖੁਸ਼ੀ ਜਿਹੜੀ ਮੈਨੂੰ ਹੋਈ ਆ ਵੀ ਨਾਨਕੇ ਘਰ ਆ ਕੇ, ਇਹ ਹੋਈ ਆ ਵੀ ਇਹ ਨੌਜਵਾਨ ਆ ਜਿਹੜੇ, ਇਹ ਐਜੂਕੇਟਡ ਨੇ, ਆਪਣਾ ਦਿਮਾਗ ਲਾਉਂਦੇ ਆ, ਉਹ ਚੀਜ਼ ਨਹੀਂ ਕਹਿੰਦੇ ਵੀ ਬਾਪੂ ਨੇ ਕਹਿ ਤਾ ਵੀ ਯਾਰ ਪੱਥਰ ਲਿਆ, ਆਹ ਲਿਆ ਲੱਕੜ ਲਿਆ, ਸਿੱਧਾ ਜਾ ਕੇ ਥੋਪਤਾ ਵੀ ਇਹ ਚੱਕ ਬਾਪੂ ਨੇ ਰੁਪਏ ਪਾਉਣੇ ਆ, ਪਰ ਰੁਪਏ ਦੀ ਕਦਰ ਕੀਤੀ ਆ, ਕਦਰ ਕੀਤੀ ਆ ਬਾਈ ਜੀ, ਬਿਲਕੁਲ ਕਦਰ, ਸਭ ਨੂੰ ਕਰਨੀ ਚਾਹੀਦੀ। ਹਾਂਜੀ, ਸਭ ਨੂੰ ਕਰਨੀ ਚਾਹੀਦੀ, ਸਹੀ ਗੱਲ। ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਬਹੁਤ ਬਹੁਤ ਧੰਨਵਾਦ, ਤੇ ਅੰਮ੍ਰਿਤ ਧੰਨਵਾਦ ਬਹੁਤ ਬਹੁਤ, ਤੇ ਬਹੁਤ ਸੋਹਣੀ ਕੋਠੀ ਬਣੀ ਆ, ਤੇ ਮੁਬਾਰਕਾਂ ਤੁਹਾਨੂੰ ਸਾਰੇ ਪਰਿਵਾਰ ਨੂੰ, ਤੇ ਦਰਸ਼ਕ ਵੀਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਪਣਾ ਘਰ ਕਿਵੇਂ ਲੱਗਿਆ ਤੁਹਾਨੂੰ, ਮਾਮੇ ਦੇ ਮੁੰਡੇ ਦਾ ਬਾਅਦ 'ਚ ਕਹਾਂਗੇ, ਹੁਣ ਸਾਡੇ ਹੀ ਘਰ ਹੈਗਾ, ਤੇ ਅੱਗੇ ਆਉਣ ਵਾਲੇ ਟਾਈਮ 'ਚ ਕੁਛ ਮੋਡੀਫਿਕੇਸ਼ਨ ਰਹਿੰਦੀਆਂ ਨੇ, ਉਹ ਕੰਪਲੀਟ ਹੋਣਗੀਆਂ, ਦੁਬਾਰਾ ਵੀ ਕੋਸ਼ਿਸ਼ ਕਰਾਂਗੇ ਅਸੀਂ ਵੀਡੀਓ ਲੈ ਕੇ ਆਉਣ ਦੀ। ਤੇ ਜੇ ਤੁਸੀਂ ਕਦੇ ਵੀ, ਤੁਸੀਂ ਮੈਨੂੰ ਲੱਗਦਾ ਮੈਸੇਜ ਵੀ ਬਹੁਤ ਆਉਣਗੇ ਬਈ ਸੜਕ ਤੋਂ ਅਸੀਂ ਦੇਖੀ ਸੀਗੀ ਵੀ ਬਾਈ ਜ਼ਰੂਰ ਵੀਡੀਓ ਬਣਾਈ, ਤੇ ਮਾਮੇ ਦਾ ਘਰ ਹੈਗਾ, ਤੇ ਜਦੋਂ ਮਰਜ਼ੀ ਚਾਹ ਪਾਣੀ ਪੀ ਕੇ ਜਾਇਓ। ਧੰਨਵਾਦ ਦੋਸਤੋ, ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ।